ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਤੇ ਜਲੰਧਰ ਟ੍ਰੈਫਿਕ ਵੱਲੋਂ ਲਗਾਤਾਰ ਟ੍ਰੈਫਿਕ ਦੇ ਜੋ ਰੂਲ ਤੋੜਦੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ। ਜੋ ADCP ਟ੍ਰੈਫਿਕ ਹੈ ਉਹਨਾਂ ਵੱਲੋਂ ਲਗਾਤਾਰ ਆਪਣੇ ਮੁਲਾਜ਼ਮਾਂ ਨੂੰ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ, ਟ੍ਰੈਫਿਕ ਦੀ ਜੋ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉਸਦੇ ਉੱਤੇ ਕੀ ਜੋ ਹੈ ਪ੍ਰਬੰਧ ਕੀਤੇ ਗਏ ਨੇ ਅਤੇ ਤੁਹਾਨੂੰ ਅਸੀਂ ਦਿਖਾ ਦਈਏ। ADCP ਸਾਹਿਬ ਆਪ ਸੜਕਾਂ 'ਤੇ ਨੇ ਅਤੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਲੋਕਾਂ ਨੂੰ ਕੀ ਪਰੇਸ਼ਾਨੀ ਹੈ ਇਸ ਬਾਰੇ ਆਪਾਂ ਜਾਣਦੇ ਹਾਂ। ਮੈਡਮ ਸਾਡੇ ਨਾਲ ਹੈ, ਮੈਮ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਕੇਸਰੀ। ਥੈਂਕ ਯੂ ਮੈਮ। ਜਲੰਧਰ ਦੇ ਵਿੱਚ ਲਗਾਤਾਰ ਤੁਹਾਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਸੀਂ ਜਲੰਧਰ ਦਾ ਦੌਰਾ ਕਰ ਰਹੇ ਹੋ, ਟ੍ਰੈਫਿਕ ਦੀ ਬਹੁਤ ਜ਼ਿਆਦਾ ਕਿਹੜੀਆਂ ਮੁਸ਼ਕਲਾਂ ਲੋਕਾਂ ਨੂੰ ਸਾਹਮਣਾ ਕਰਨਾ? ਐਕਚੁਲੀ ਪਹਿਲਾਂ ਤਾਂ ਮਾਨਯੋਗ CP ਸਾਹਿਬ ਵੱਲੋਂ ਜਿਹੜੇ ਹਦਾਇਤਾਂ ਕੀਤੀਆਂ ਹੋਈਆਂ ਸੀਗੀਆਂ, ਸਾਡੇ ਜਿਹੜੇ ਕੁਛ ਨੋ ਟੋਲਰੈਂਸ ਜ਼ੋਨ ਬਣਾਏ ਹੋਏ ਸੀਗੇ ਜਿਹਦੇ ਵਿੱਚ ਲੋਕਾਂ ਨੂੰ ਕਾਫੀ ਪ੍ਰੋਬਲਮਸ ਆਉਂਦੀ ਸੀਗੀਆਂ, ਟ੍ਰੈਫਿਕ ਦੇ ਰਿਗਾਰਡਿੰਗ ਕੰਜੈਸ਼ਨ ਪੁਆਇੰਟ ਹੋ ਜਾਂਦੇ ਸੀਗੇ, ਜਿਹਦੇ ਵਿੱਚ ਬਹੁਤ ਸਾਰੇ ਇਵੇਂ ਦੇ ਦੁਕਾਨਦਾਰ ਸੀਗੇ ਜਿਨ੍ਹਾਂ ਨੇ ਕਾਫੀ ਜ਼ਿਆਦਾ ਇੰਕਰੋਚਮੈਂਟ ਕਰਕੇ ਜਿੱਥੇ ਪਾਰਕਿੰਗ ਵਾਲੀਆਂ ਜਗ੍ਹਾ ਸੀਗੀਆਂ ਉਹਨਾਂ ਨੂੰ ਬਲੋਕ ਕੀਤਾ ਹੋਇਆ ਸੀਗਾ, ਪਲੱਸ ਜਿੰਨੇ ਫੁੱਟਪਾਥ ਸੀਗੇ ਆਪਣਾ ਸਾਰਾ ਜਿਹੜਾ ਸਮਾਨ ਸੀਗਾ ਉਹ ਫੁੱਟਪਾਥਾਂ ਦੇ ਜਿਹੜਾ ਸੀਗਾ ਬਾਹਰ ਉਹਨਾਂ ਨੇ ਲਾਇਆ ਹੋਇਆ ਸੀਗਾ। ਉਹ ਮਤਲਬ ਤਕਰੀਬਨ ਸਾਡਾ 100% ਉਹ ਜਿਹੜਾ ਵਾ ਉਹ ਕਾਮਯਾਬ ਹੈਗਾ ਵਾ, ਕੋਈ ਵੀ ਇਵੇਂ ਦੀ ਚੀਜ਼ ਨਹੀਂ ਹੈਗੀ ਵੀ ਜਿਹੜੀ ਬਾਹਰ ਲੋਕਾਂ ਨੇ ਲਾਈ ਹੋਵੇ। ਅੱਜ ਵੀ ਮੈਂ ਸਾਰੇ ਤਕਰੀਬਨ ਮੈਨੂੰ ਵੀ ਨਾ ਇੱਕ ਹੋ ਚੱਲਿਆ ਵਾ, ਮੈਂ ਇਹੋ ਹੀ ਚੀਜ਼ ਵੇਖ ਰਹੀ ਸੀਗੀ ਕਿ ਜਿੰਨਾ ਵੀ ਸਾਡਾ ਕਿੱਥੇ ਕਿਤੇ ਸਾਨੂੰ ਪ੍ਰੋਬਲਮ ਆਉਂਦੀਆਂ, ਕੁਛ ਪ੍ਰੋਬਲਮ ਆਉਂਦੀਆਂ ਸੀਗੀਆਂ ਕਿ ਪਬਲਿਕ ਦੀ ਕੰਪਲੇਂਟ ਸੀਗੀ ਕਿ ਬਾਹਰ ਵਾਲੀਆਂ ਗੱਡੀਆਂ ਦੇ ਜਿਹੜੇ ਸਾਡੇ ਮੁਲਾਜ਼ਮ ਜਿਹੜੇ ਆ ਉਹ ਸਾਨੂੰ ਹਰਾਸਮੈਂਟ ਕਰਦੇ ਆ ਜਾਂ ਐਵੇਂ ਦੀਆਂ ਪ੍ਰੋਬਲਮ ਮਾਨਯੋਗ CP ਸਾਹਿਬ ਨੂੰ ਵੀ ਕਈਆਂ ਨੇ ਕਿਹਾ ਹੋਇਆ ਸੀਗਾ, ਅਤੇ ਉਹਦੇ ਉੱਤੇ ਵੀ ਸਾਡਾ ਸਪੈਸ਼ਲ ਜਿਹੜੀ ਤਵੱਜੋ ਸੀਗੀ ਵੀ ਕੋਈ ਵੀ ਇਵੇਂ ਦਾ ਬਾਹਰੋਂ ਜਿਹੜਾ ਪਰਸਨ ਆ ਕੋਈ ਮਾੜੀ ਈਮੇਜ ਜਿਹੜੀ ਆ ਉਹ ਨਾ ਲੈ ਕੇ ਜਲੰਧਰ ਸ਼ਹਿਰ ਦੀ ਲੈ ਕੇ ਜਾਵੇ। ਔਰ ਸਾਡਾ 100% ਹੋਊਗਾ, ਮੁਲਾਜ਼ਮਾਂ ਨਾਲ ਮੈਂ ਮੀਟਿੰਗ ਵੀ ਕੀਤੀ ਸੀਗੀ ਪਿਛਲੇ ਦਿਨ, ਇਹ ਬਰੀਫ ਕੀਤਾ ਸੀਗਾ ਵੀ ਕਿਸੇ ਨੂੰ ਵੀ ਅਸੀਂ ਸਾਨੂੰ ਸਾਡੀ ਕੋਸ਼ਿਸ਼ ਹੈਗੀ ਆ ਜਿਹੜਾ ਵੀ ਪਰਸਨ ਜਾਂ ਬਾਹਰੋਂ ਕੋਈ ਵੀ ਬੰਦਾ ਆਉਂਦਾ ਵਾ ਉਹ ਇਸ ਪਹਿਲਾਂ ਤਾਂ ਜਾਮ ਵਿੱਚ ਨਾ ਫਸੇ ਔਰ ਨਾ ਹੀ ਉਹਨਾਂ ਦੇ ਨਾਲ ਕੋਈ ਵੀ ਬਦਤਮੀਜ਼ੀ ਕੀਤੀ ਜਾਵੇ ਜਿਹੜਾ ਸਾਡਾ ਜਿਹੜਾ ਪੁਲਿਸ ਪੰਜਾਬ ਪੁਲਿਸ ਦਾ ਅਕਸਾ ਉਹ ਖਰਾਬ ਹੋ ਸਕੇ। ਔਰ ਮੇਰੀ 100% ਕੋਸ਼ਿਸ਼ ਹੋਊਗੀ ਕਿ ਕਿਸੇ ਸ਼ਹਿਰ ਦੇ ਵਿੱਚ ਕਿਤੇ ਵੀ ਕਿਤੇ ਐਵੇਂ ਦੀ ਜਾਮ ਦੀ ਜਾਂ ਐਵੇਂ ਦੀ ਇਨਕਰੋਚਮੈਂਟਾਂ ਦੀ ਪ੍ਰੋਬਲਮ ਨਾ ਆਵੇ ਔਰ ਮੇਰੀ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਆ ਉਹ 100% ਜਿਹੜਾ ਆਪਣਾ ਕੰਮ ਕਰੇ। ਮੈਮ ਕਹਿੰਦੇ ਨੇ ਮੁਲਾਜ਼ਮ ਹੋਣਗੇ ਤਾਂ ਕੰਮ ਹੋਏਗਾ, ਮੁਲਾਜ਼ਮ ਦੀ ਲਗਾਤਾਰ ਘਟਦੇ ਜਾ ਰਹੇ ਨੇ, ਰਿਟਾਇਰਮੈਂਟਾਂ 'ਤੇ ਚੱਲ ਜਾਂਦੇ ਨੇ ਜਾਂ ਉਹਨਾਂ ਦੀ ਡਿਊਟੀਆਂ ਲੱਗ ਜਾਂਦੀਆਂ, ਮੁਲਾਜ਼ਮ ਹੀ ਨਹੀਂ ਹੋਣਗੇ ਤਾਂ ਟ੍ਰੈਫਿਕ ਦਾ ਕਿੱਦਾਂ ਯੋਜਨ? ਨਹੀਂ ਵੇਖੋ, ਪਿਛਲੇ ਜਦੋਂ ਲਾਸਟ CP ਸਾਹਿਬ ਨਾਲ ਸਾਡੀ ਡੇਲੀ ਮੀਟਿੰਗ ਹੁੰਦੀ ਆ, ਡੇਲੀ ਸਾਨੂੰ ਹਦਾਇਤਾਂ ਮਿਲਦੀਆਂ, ਲਾਸਟ ਜਦੋਂ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੈਂ CP ਸਾਹਿਬ ਨਾਲ ਗੱਲ ਵੀ ਕੀਤੀ ਸੀਗੀ, ਕਰੀਬ ਸਾਡੇ ਜਿਹੜੇ ਹੁਣ ਸਾਡੇ ਕੋਲ 400 ਦੇ ਕਰੀਬ ਮੁਲਾਜ਼ਮ ਜਿਹੜੇ ਸਾਡੇ PCR ਵੀ ਜਿਹੜਾ ਉਹ ਟ੍ਰੈਫਿਕ ਦੇ ਨਾਲ ਕੰਮ ਕਰਦਾ। ਔਰ CP ਸਾਹਿਬ ਨੇ ਮਤਲਬ ਨੈਚੁਰਲੀ ਇਲੈਕਸ਼ਨ ਆ ਰਹੀਆਂ ਕਾਫੀ ਜ਼ਿਆਦਾ, ਹੁਣ ਸਾਡੀਆਂ ਡਿਊਟੀਆਂ ਹੋਰ ਜ਼ਿਆਦਾ ਹੋ ਜਾਣੀਆਂ ਔਰ ਆਲਰੇਡੀ ਕੱਲ੍ਹ ਵੀ ਸਰ ਨੇ ਆਰਡਰ ਕੀਤੇ ਆ ਡੇਲੀ ਸਾਨੂੰ, ਹੁਣ ਮਤਲਬ ਇਹ ਚੀਜ਼ ਤਾਂ ਮੈਂ ਸਰ ਕੋਲ ਡਿਮਾਂਡ ਕੀਤੀ ਸੀਗੀ ਸਾਨੂੰ ਵੱਧ ਤੋਂ ਵੱਧ ਜਿਹੜੇ ਮੁਲਾਜ਼ਮ ਦਿੱਤੇ ਜਾਣ ਤਾਂ ਜੋ ਜਿਹੜਾ ਐਕਚੁਅਲੀ ਸਾਡਾ ਮੇਨ ਜਿਹੜਾ ਸ਼ਹਿਰ ਦਾ ਬਾਹਰ ਵਾਲਾ ਸਾਈਡ ਵੀ ਹੈਗੀ ਆ ਉੱਥੇ ਕਿਤੇ ਵੀ ਕੋਈ ਪ੍ਰੋਬਲਮ ਮਾੜੀ ਜਿੰਨੀ ਵੀ ਕੋਈ ਫਲਾਈਓਵਰ 'ਤੇ ਕੋਈ ਚੀਜ਼ ਖਰਾਬ ਹੁੰਦੀ ਆ ਅਤੇ ਮਤਲਬ ਕਿਲੋਮੀਟਰਾਂ ਤੱਕ ਜਿਹੜਾ ਉਹ ਜਾਮ ਲੱਗਦਾ ਔਰ ਉਹਦੇ ਵਿੱਚ ਵੀ ਮਤਲਬ ਸਾਨੂੰ ਇਹ ਸੀਗਾ ਵੀ ਸਾਡੇ ਵੱਧ ਤੋਂ ਵੱਧ ਮੁਲਾਜ਼ਮ ਹੋਣ, ਸਾਡੇ ਚੌਂਕ ਜਿਹੜੇ ਆ ਕਿਉਂਕਿ ਸਾਰੇ ਜਲੰਧਰ ਸ਼ਹਿਰ ਦੇ ਬਹੁਤ ਸਾਰੇ ਚੌਂਕ ਆ ਜਿਹੜੇ ਬਹੁਤ ਵੱਡੇ ਆ ਔਰ ਕਰੀਬ ਜੇ ਹੁਣ ਆਪਾਂ ਜੇਸ ਚੌਂਕ 'ਤੇ ਇੱਥੇ BMC ਚੌਂਕ 'ਚ ਖੜ੍ਹੇ ਹਾਂ ਤੁਸੀਂ ਇਹਦੇ ਵਿੱਚ ਵੇਖੋ ਐਂਟਰੀ ਐਗਜ਼ਿਟ ਪੁਆਇੰਟ ਕਿੰਨੇ ਆ, ਇਹਦੇ ਵਿੱਚ ਕਰੀਬ 6 ਤੋਂ 7 ਮੁਲਾਜ਼ਮ ਜਿਹੜੇ ਆ ਉਹ ਲੱਗੇ ਹੋਏ ਔਰ ਸਾਡੀ ਕੋਸ਼ਿਸ਼ ਇਹੋ ਡਿਮਾਂਡ ਕੀਤੀ ਸੀਗੀ ਸਾਨੂੰ ਵੱਧ ਤੋਂ ਵੱਧ ਮੁਲਾਜ਼ਮ ਜਿਹੜੇ ਹੋਰ ਦਿੱਤੇ ਜਾਣ ਤਾਂ ਜੋ ਜਿਹੜੀ ਅਸੀਂ ਆਪਣੀ ਟ੍ਰੈਫਿਕ ਪੁਲਿਸ ਟ੍ਰੈਫਿਕ ਜਿਹੜੀ ਸਾਡੀ ਡਿਊਟੀ ਆ ਕਿਤੇ ਵੀ ਕੰਜੈਸ਼ਨ ਨਾ ਹੋਵੇ ਉਹ ਸਮੂਥਲੀ ਚੱਲ ਸਕੇ। ਮੈਮ ਇੱਕ ਗੱਲ ਦੇਖੀ ਜਾਂਦੀ ਹੈ, ਟ੍ਰੈਫਿਕ ਵੱਲੋਂ ਤਾਂ ਪੂਰੇ ਤੁਹਾਡੇ ਮੁਲਾਜ਼ਮਾਂ ਵੱਲੋਂ ਹਰ ਨੂੰ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ, ਕਿਹੜੇ ਦੁਕਾਨਦਾਰ ਹੈ ਜੋ ਗੱਡੀਆਂ ਲਗਾਉਂਦੇ ਨੇ ਉਹ ਆਪਣੀ ਯੈਲੋ ਲਾਈਨ ਤੋਂ ਹਟ ਕੇ ਵੀ ਲਾ ਲੈਂਦੇ ਨੇ ਜਾਂ ਦੁਕਾਨਦਾਰ ਆਪਣੀਆਂ ਫੜੀਆਂ ਕਿਹੜੀਆਂ 5-5 ਫੁੱਟ ਕਿਹੜੀਆਂ ਅੱਗੇ ਕਰ ਦਿੰਦੇ ਨੇ, ਕਿਹੜੇ ਸੜਕ ਦਾ ਇਸਦੇ ਪਰੇਸ਼ਾਨੀ ਦਾ ਸਾਹਮਣਾ? ਨਹੀਂ ਬਿਲਕੁਲ ਨਹੀਂ, ਵੇਖੋ ਹੁਣ ਮੈਂ ਡੇਲੀ ਆਪ ਨਿਕਲਿਆ ਕਰੂੰਗੀ ਬਾਹਰ, ਮੈਂ ਔਰ ਮੇਰੀ ਟੀਮ ਸਾਡੇ 4 ਜੂਨਾਂ ਵਿੱਚ ਸ਼ਹਿਰ ਨੂੰ 4 ਜੂਨਾਂ ਦੇ ਵਿੱਚ ਵੰਡਿਆ ਹੋਇਆ ਨਾਲ ਸਾਡੇ ACP ਸਾਹਿਬ ਸਾਡੇ ਜਿਹੜੇ ਨਾਲ ਸਾਡੇ ਇੰਚਾਰਜ ਆ ERS ਦੇ ਜਿਹੜੇ ਐਡਮਿਨ ਹੈਗੇ ਆ ਪ੍ਰੋਪਰ ਜਿਹੜੀ ਮੇਰੀ ਟੀਮ ਆ ਸਾਰੀ ਅਸੀਂ ਬਾਹਰ ਨਿਕਲਿਆ ਕਰਾਂਗੇ।
ਪਰ ਬਿਲਕੁਲ ਇਵੇਂ ਦੀ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਸ਼ਹਿਰ ਦੇ ਵਿੱਚ ਕਿ ਦੁਕਾਨਦਾਰ ਜਿਹੜੇ ਜਿੱਥੇ ਮਰਜ਼ੀ ਆ ਗੱਡੀ ਲਾ ਕੇ, ਚਾਹੇ ਮੈਂ ਬਹੁਤ ਸਾਰੇ ਇਵੇਂ ਦਾ ਵੇਖਿਆ ਹੋਇਆ ਕਿ ਲੋਕ ਗੱਡੀ ਲਾ ਕੇ ਬਾਹਰ ਹੀ ਪਾਰ ਕਰਕੇ ਇਹਦੇ ਵਿੱਚ ਬੈਠੇ ਹੁੰਦੇ ਆ, ਬਿਲਕੁਲ ਨਹੀਂ, ਜੇ ਗੱਡੀ ਵਿੱਚ ਵੀ ਬੈਠਾ ਹੋਊਗਾ ਤਾਂ ਵੀ ਉਹਦਾ ਚਲਾਨ ਹੋਊਗਾ। ਇਸ ਕਰਕੇ ਲੋਕਾਂ ਨੂੰ ਇਹ ਮੇਰੀ ਮਤਲਬ ਰਿਕੁਐਸਟ ਵੀ ਕਰਦੀ ਹਾਂ, ਹਦਾਇਤ ਵੀ ਦਿੰਦੀ ਹਾਂ ਕਿ ਨਾ ਤਾਂ ਜਿਹੜੇ ਤੁਹਾਡੇ ਫੁੱਟਪਾਥ ਆ ਉਹਨਾਂ 'ਤੇ ਇਨਕਰੋਚਮੈਂਟ, ਜਾਂ ਜਿਹੜੀਆਂ ਕਾਰ ਪਾਰਕਿੰਗ ਵਾਲੀ ਜਗ੍ਹਾ 'ਤੇ ਉਹਨਾਂ 'ਤੇ ਇਨਕਰੋਚਮੈਂਟ ਹੋਊਗੀ ਤਾਂ ਕਾਰਵਾਈ ਹੋਊਗੀ। ਗੱਡੀਆਂ ਆਪਣੀਆਂ ਸਹੀ ਤਰ੍ਹਾਂ ਪਾਰਕ ਕਰੋ, ਪਬਲਿਕ ਨੂੰ ਵੀ ਇਹ ਮੈਂ ਕਹਿਣਾ ਚਾਹੁੰਦੀ ਹਾਂ। ਔਰ ਖਾਸ ਕਰਕੇ ਮਤਲਬ ਇਹ ਵੇਖੋ, ਇਹ ਹਰ ਇੱਕ ਦਾ ਹੱਕ ਬਣਦਾ, ਜਿੰਮਾ ਵਾ ਜ਼ਿੰਮੇਵਾਰੀ ਆ, ਰਿਸਪੋਂਸੀਬਿਲਟੀ, ਜੇ ਅਸੀਂ ਆਪਣੀ ਟ੍ਰੈਫਿਕ ਪੁਲਿਸ ਹੋ ਤਾਂ ਪਬਲਿਕ ਦੀ ਵੀ ਆ, ਪਬਲਿਕ ਦੇ ਵਾਸਤੇ ਅਸੀਂ ਕੰਮ ਕਰਦੇ, ਕੋਈ ਸਾਡਾ ਇਹ ਨਹੀਂ ਹੈਗਾ ਪਰਸਨਲ ਹੈਗਾ, ਔਰ ਅਸੀਂ ਆਪਣੇ ਪਰਿਵਾਰ ਵਾਂਗੂ ਇਹ ਸਮਝਦੇ ਹਾਂ। ਮਤਲਬ ਕੋਈ ਇਵੇਂ ਦੀ ਮੈਂ ਨਹੀਂ ਚਾਹੁੰਦੀ ਮੈਂ ਕਾਰਵਾਈ ਕਰਾਂ, ਔਰ ਵੱਧ ਤੋਂ ਵੱਧ ਜਿਹੜੇ ਲੋਕ ਆ ਸਾਡਾ ਸਹਿਯੋਗ ਕਰਨ। ਲੋਕ ਇਹ ਵੀ ਕਹਿ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਸਿੰਘਮ ਦੇ ਵਰਗਾ ਟ੍ਰੈਫਿਕ ਦਾ ਉੱਥੇ ਕੰਟਰੋਲ ਕਰ ਦਿੱਤਾ, ਅਤੇ ਹੁਣ ਜਲੰਧਰ ਦੇ ਵਿੱਚ ਮੈਮ ਕਦੋਂ ਸਿੰਘਮ ਬਣ ਕੇ ਕਿਹੜਾ ਟ੍ਰੈਫਿਕ ਦਾ ਕੰਟਰੋਲ ਕੀਤਾ? ਦੇਖੋ, ਗੁਰੂ ਰਾਮਦਾਸ ਦੀ ਕਿਰਪਾ ਵਾ, ਟੀਮ ਤਗੜੀ ਹੋਣੀ ਚਾਹੀਦੀ ਆ, ਮੇਰੀ ਟੀਮ ਬਹੁਤ ਵਧੀਆ ਵਾ, ਮੇਰੇ ਜੋਨ ਚਾਰਜ ਮੇਰੇ ਨਾਲ ਖੜ੍ਹੇ ਹੋਏ ਆ, ਔਰ 100% ਮੈਂ ਜਿਵੇਂ ਅੰਮ੍ਰਿਤਸਰ 'ਚ ਗੁਰੂ ਰਾਮਦਾਸ ਦੀ ਨਗਰੀ 'ਚ ਸੇਵਾ ਕੀਤੀ ਸੀ, ਮੈਂ ਆਪਣੀ ਪੂਰੀ ਸੇਵਾ ਜਿਹੜੀ ਆ ਪੂਰੀ ਤਨਦੇਹੀ ਨਾਲ, ਜਿਵੇਂ ਵੀ ਹੋਊਗੀ ਹੁਣ, ਚਾਹੇ ਦਿਨ ਹੋਵੇ ਚਾਹੇ ਮਤਲਬ ਧੁੱਪ ਹੋਵੇ ਚਾਹੇ ਬਾਰਿਸ਼ ਹੋਵੇ, ਇਹ ਮੇਰਾ ਸ਼ੁਰੂ ਤੋਂ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਵਾ ਉਹ ਮੈਂ ਕਰਦੀ ਰਹੂੰਗੀ। ਮੇਰੀ ਟੀਮ ਦਾ ਮਤਲਬ 100% ਬਸ ਸਹਿਯੋਗ ਆ, ਮੈਂ ਇੱਥੇ ਵੀ ਵੇਖਿਆ ਸਾਰੇ ਜਿਹੜੇ ਮੇਰੇ ਨਾਲ ਦੇ ਮੇਰੇ ਜੋਨ ਚਾਰਜ ਆ ਬਹੁਤ ਵਧੀਆ ਕੰਮ ਕਰਦੇ ਆ, ਔਰ ਅੰਮ੍ਰਿਤਸਰ ਤੋਂ ਵੱਧ ਜਾ ਕੇ ਕੰਮ ਕਰਦੇ ਤਾਂ ਉਮੀਦ ਆ ਲੋਕਾਂ ਨੂੰ ਕਿਹੜਾ ਟ੍ਰੈਫਿਕ ਦੇ ਲੋਕ ਕਿਹੜਾ ਜਾਮ ਦੇ ਵਿੱਚ ਰਹਿੰਦੇ ਨੇ। ਅੰਮ੍ਰਿਤਸਰ 'ਤੇ ਕਿੰਨੀ ਦੇਰ ਤੁਸੀਂ ਰਹੇ ਹੋ ਅਤੇ ਉੱਥੇ ਤਾਂ ਪੂਰੀ ਤਰ੍ਹਾਂ ਟ੍ਰੈਫਿਕ ਈਵਨ ਕਰ ਦਿੱਤੀ ਗਈ, ਹੁਣ ਲੋਕ ਕਹਿੰਦੇ ਨੇ ਕਦੋਂ ਮੈਡਮ ਅੰਮ੍ਰਿਤਸਰ 'ਚ ਸਿੰਘਮ ਦਿਖਾਉਂਦੇ ਸੀ, ਜਲੰਧਰ ਦੇ ਵਿੱਚ ਕਦੋਂ ਕਾਰਵਾਈਆਂ ਸ਼ੁਰੂ ਹੋ ਜਾਣ? ਨਹੀਂ ਵੇਖੋ, ਮਤਲਬ ਮੈਂ ਅੱਜ ਤੋਂ ਸ਼ੁਰੂ ਹੋ ਗਈ, ਮਤਲਬ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਸੀਗੀਆਂ, ਔਰ 100% ਜਿਹੜੀਆਂ CP ਸਾਹਿਬ ਦੀਆਂ ਹਦਾਇਤਾਂ ਹੋਣਗੀਆਂ ਉਹ ਪੂਰੀਆਂ ਹੋਣਗੀਆਂ, ਔਰ ਮੇਰੀ ਕੋਸ਼ਿਸ਼ ਉਹ ਹੋਊਗੀ ਕਿਉਂਕਿ ਮੀਡੀਆ ਇੱਕ ਐਸਾ ਹੈਗਾ ਜਿਹਦੇ ਮਾਧਿਅਮ ਰਾਹੀਂ ਮੈਂ ਹਰ ਇੱਕ ਗੱਲ ਜਿਹੜੀ ਆ ਉਹ ਤੁਹਾਡੇ ਲੋਕਾਂ ਦੇ ਤੱਕ ਪਹੁੰਚਾ ਸਕਦੀ ਹਾਂ। ਉਹ ਤੁਸੀਂ ਮੇਰਾ ਹਮੇਸ਼ਾ, ਮੈਂ ਆਸ ਕਰਦੀ ਹਾਂ ਪੂਰੇ ਜਲੰਧਰ ਸ਼ਹਿਰ ਦਾ ਮੀਡੀਆ ਜਿਹੜਾ ਉਹ ਮੇਰੇ ਨਾਲ ਚੱਲੂਗਾ, ਮੈਂ ਨਾਲ ਚੱਲੂੰਗੀ, ਤੁਸੀਂ ਮੇਰੇ ਨਾਲ ਚੱਲੋਗੇ, ਮੈਂ ਮਤਲਬ ਮੈਂ ਤਾਂ ਬਹੁਤ ਤੁਰਦੀ ਹਾਂ, ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਜੇ ਮੈਂ ਦਿਨ 'ਚ 15 ਕਿਲੋਮੀਟਰ ਚੱਲਾਂ ਤਾਂ ਤੁਸੀਂ ਮੇਰੇ ਨਾਲ 10 ਕਿਲੋਮੀਟਰ ਜ਼ਰੂਰ ਚੱਲੋ, ਔਰ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਪੂਰਾ, ਮਤਲਬ 100% ਮੈਂ ਦਊਂਗੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਨਹੀਂ ਵੇਖੋ, ਮਤਲਬ ਮੈਂ ਅੱਜ ਤੋਂ ਸ਼ੁਰੂ ਹੋ ਗਈ, ਮਤਲਬ ਮਾਨਯੋਗ CP ਸਾਹਿਬ ਦੀਆਂ ਹਦਾਇਤਾਂ ਸੀਗੀਆਂ, ਔਰ 100% ਜਿਹੜੀਆਂ CP ਸਾਹਿਬ ਦੀਆਂ ਹਦਾਇਤਾਂ ਹੋਣਗੀਆਂ ਉਹ ਪੂਰੀਆਂ ਹੋਣਗੀਆਂ, ਔਰ ਮੇਰੀ ਕੋਸ਼ਿਸ਼ ਉਹ ਹੋਊਗੀ ਕਿਉਂਕਿ ਮੀਡੀਆ ਇੱਕ ਐਸਾ ਹੈਗਾ ਜਿਹਦੇ ਮਾਧਿਅਮ ਰਾਹੀਂ ਮੈਂ ਹਰ ਇੱਕ ਗੱਲ ਜਿਹੜੀ ਆ ਉਹ ਤੁਹਾਡੇ ਲੋਕਾਂ ਦੇ ਤੱਕ ਪਹੁੰਚਾ ਸਕਦੀ ਹਾਂ। ਉਹ ਤੁਸੀਂ ਮੇਰਾ ਹਮੇਸ਼ਾ, ਮੈਂ ਆਸ ਕਰਦੀ ਹਾਂ ਪੂਰੇ ਜਲੰਧਰ ਸ਼ਹਿਰ ਦਾ ਮੀਡੀਆ ਜਿਹੜਾ ਉਹ ਮੇਰੇ ਨਾਲ ਚੱਲੂਗਾ, ਮੈਂ ਨਾਲ ਚੱਲੂੰਗੀ, ਤੁਸੀਂ ਮੇਰੇ ਨਾਲ ਚੱਲੋਗੇ, ਮੈਂ ਮਤਲਬ ਮੈਂ ਤਾਂ ਬਹੁਤ ਤੁਰਦੀ ਹਾਂ, ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਜੇ ਮੈਂ ਦਿਨ 'ਚ 15 ਕਿਲੋਮੀਟਰ ਚੱਲਾਂ ਤਾਂ ਤੁਸੀਂ ਮੇਰੇ ਨਾਲ 10 ਕਿਲੋਮੀਟਰ ਜ਼ਰੂਰ ਚੱਲੋ, ਔਰ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਪੂਰਾ, ਮਤਲਬ 100% ਮੈਂ ਦਊਂਗੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਕਿਹੜੇ ਲੋਕ ਅੱਜ ਵੀ ਟ੍ਰੈਫਿਕ ਦਾ ਰੂਲ ਕਿਹੜੇ ਉਹ ਤੋੜਦੇ ਨੇ, ਤਾਂ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ? ਕਿਹੜੇ ਬੱਚੇ, ਛੋਟੇ ਛੋਟੇ ਬੱਚਿਆਂ ਨੂੰ ਵੀ ਐਕਟਿਵਾ ਦੇ ਕੇ ਤੋੜਦੇ ਨੇ ਅਤੇ ਹਾਦਸੇ ਵੀ ਕਿਹੜੇ ਹੁੰਦੇ ਨੇ? ਦੇਖੋ, ਬਹੁਤ ਜ਼ਿਆਦਾ ਵਾ, ਮਤਲਬ ਇਹ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜੇ ਇਕੱਲੀ ਪੁਲਿਸ ਆ, ਪੁਲਿਸ ਕੰਮ ਕਰਦੀ ਰਹੂਗੀ, ਤੁਸੀਂ ਨਹੀਂ ਰੂਲ ਰੈਗੂਲੇਸ਼ਨ ਨੂੰ ਫੋਲੋ ਕਰੋਗੇ ਉਹ ਵੀ ਗਲਤੀ ਆ, ਔਰ ਕਰਨੀ ਪੈਣੀ ਆ, ਕਰਨੀ ਜ਼ਰੂਰੀ ਵੀ ਹੈਗੀ ਆ। ਔਰ ਬਹੁਤ ਸਾਰੇ ਮੈਂ ਇੱਥੇ ਦੋ ਤਿੰਨ ਚੀਜ਼ਾਂ ਵੇਖੀਆਂ, ਬਹੁਤ ਸਾਰੇ ਲੋਕ ਆ ਜਿਹੜੇ 2-wheeler 'ਤੇ ਜਾਂਦੇ, ਮੋਟਰਸਾਈਕਲਾਂ 'ਤੇ ਜਾਂਦੇ ਆ, ਉਹ ਮੋਬਾਈਲ ਲਾ ਕੇ ਕੰਨ ਨੂੰ ਦੇ ਮਤਲਬ ਜਿਹੜੇ ਆ ਉਹ ਡਰਾਈਵ ਕਰਦੇ ਆ, ਸਭ ਤੋਂ ਜ਼ਿਆਦਾ ਡੇਂਜਰਸ ਆ, ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਹਾਂ ਅਤੇ ਦੂਜਿਆਂ ਦੀ ਵੀ ਪਾਉਂਦੇ ਹਾਂ। ਤੀਸਰੀ ਜਿਹੜੀ ਇੱਕ ਹੋਰ ਗੱਲ ਵੇਖੀ ਮੈਂ ਇੱਥੇ, ਮਤਲਬ ਜਿਹੜੇ ਬੁਲਟ ਆ ਉਹਨਾਂ ਨੇ ਸਲੈਂਸਰ ਜਿਹੜੇ ਮੋਡੀਫਾਈ ਕਰਾਏ, ਈਵਨ ਕਿ ਰੋਡ ਹੀ ਲਾਈਆਂ ਹੋਈਆਂ, ਮਤਲਬ ਕਾਰਵਾਈਆਂ ਹੋਣਗੀਆਂ, ਬਿਲਕੁਲ ਇਵੇਂ ਦੀ ਚੀਜ਼ ਬਰਦਾਸ਼ਤ ਨਹੀਂ ਹੋਊਗੀ। ਇਹ ਮਾਂ ਬਾਪ ਨੂੰ ਵੀ ਚਾਹੀਦਾ ਵਾ ਕਿ ਬੱਚਿਆਂ, ਜਦੋਂ ਬੱਚੇ ਨਿਕਲਦੇ ਘਰੋਂ ਉਹਨਾਂ ਨੂੰ ਧਿਆਨ ਰੱਖਣ, ਟ੍ਰਿਪਲ ਰਾਈਡਿੰਗ ਬਿਲਕੁਲ ਨਹੀਂ, ਬੁਲਟ ਪਟਾਕੇ ਬਿਲਕੁਲ ਨਹੀਂ, ਬੁਲਟ ਦੇ ਸਲੈਂਸਰ ਨੂੰ ਮੋਡੀਫਾਈ ਬਿਲਕੁਲ ਨਹੀਂ। ਮਤਲਬ ਕੋਸ਼ਿਸ਼ ਮੇਰੀ ਇਹ ਆ, ਲੋਕਾਂ ਦਾ ਸਹਿਯੋਗ ਚਾਹੁੰਦੀ ਹਾਂ ਮੈਂ ਕਿ ਇਹ ਹੋਣਾ ਚਾਹੀਦਾ, ਔਰ ਆਸ ਵੀ ਕਰਦੀ ਹਾਂ ਵੀ ਇਹ ਜ਼ਰੂਰ ਆ, ਔਰ
ਤੁਹਾਡੇ ਥਰੂ ਅੱਜ ਮੇਰੀ ਸ਼ੁਰੂ ਹੋ ਗਿਆ ਵਾ। ਹੁਣ ਮੈਂ ਡੇਲੀ ਕਿਤੇ ਨਾ ਕਿਤੇ ਜਿਹੜੀ ਆ ਉਹ ਤੁਹਾਡੇ ਮਾਧਿਅਮ ਰਾਹੀਂ ਹਰ ਇੱਕ ਜਿਹੜਾ ਮੇਰਾ ਮੈਸੇਜ ਆ ਤੁਸੀਂ, ਮੈਂ ਆਸ ਕਰਦੀ ਹਾਂ ਕਿ ਤੁਸੀਂ ਪਹੁੰਚਾਓਗੇ, ਔਰ ਗੁਰੂ ਮਹਾਰਾਜ ਦੀ ਕਿਰਪਾ ਹੋਈ ਤਾਂ ਹਰ ਇੱਕ ਚੀਜ਼ ਜਿਹੜੀ ਆ ਬੁਲਟ ਅਤੇ ਪਟਾਕੇ ਨਹੀਂ ਵੱਜਣ ਦੇਣਗੇ? ਨਹੀਂ ਨਹੀਂ ਬਿਲਕੁਲ ਵੀ, ਬੁਲਟ ਪਟਾਕੇ ਹੋ ਗਏ, ਟ੍ਰਿਪਲ ਰਾਈਡਿੰਗ ਹੋ ਗਈ, ਨਹੀਂ ਆ ਛੋਟੇ ਬੱਚਿਆਂ ਨੂੰ ਜਿਹੜਾ ਐਕਟਿਵਾ ਦੇ ਕੇ ਤੁਸੀਂ ਗੱਲ ਕੀਤੀ ਸੀ, ਵੇਖੋ ਟਾਈਮ ਕੁਛ ਨਹੀਂ ਲੱਗਦਾ, ਬਸ ਆਪਾਂ ਆਪਣੇ ਕੰਮਾਂ ਤੋਂ ਰੁਝੇਵੇਂ ਤੋਂ ਇੰਨੇ ਬਿਜ਼ੀ ਹਾਂ ਕਿ ਆਪਣੇ ਬੱਚਿਆਂ ਵਾਸਤੇ ਟਾਈਮ ਨਹੀਂ ਕੱਢਦੇ। ਸਮਾਂ ਮਤਲਬ ਸਮਾਂ ਇਵੇਂ ਦਾ ਹੈਗਾ, ਤੁਸੀਂ ਬੱਚੇ ਨੂੰ ਬਾਹਰ ਕੱਢਦੇ ਹਾਂ ਬਹੁਤ ਸਾਰੀ, ਮੈਂ ਹੁਣ ਰਸਤੇ 'ਚ ਵੀ ਆਉਂਦੀ ਵੇਖਦੀ ਸੀਗੀ ਕਿ ਜਦੋਂ ਤੁਸੀਂ ਬੱਚਾ ਕੋਈ ਟੂ ਵੀਲਰ 'ਤੇ ਮਤਲਬ ਐਕਟਿਵਾ 'ਤੇ ਜਾਂ ਮੋਟਰਸਾਈਕਲ 'ਤੇ ਹੁੰਦਾ ਤਾਂ ਗੱਡੀਆਂ ਐਂ ਲਾਗੋਂ ਦੀ ਲੰਘਦੀਆਂ ਜਿਹਦੇ ਨਾਲ ਪ੍ਰੋਬਲਮ ਹੁੰਦੀ ਆ। ਇੱਕ ਤਾਂ ਗੱਡੀ ਨੂੰ ਜਦੋਂ ਸ਼ਹਿਰ ਵਿੱਚ ਹੁੰਦੇ ਹਾਂ 40-40 ਕੁ ਦੀ ਸਪੀਡ ਦੇ ਵਿੱਚ ਵੀ ਚਲਾਓਗੇ ਤਾਂ ਕੋਈ ਫਰਕ ਨਹੀਂ ਪੈਂਦਾ, ਔਰ ਮੇਰੀ ਬੇਨਤੀ ਵੀ ਆ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ, ਬੱਚਾ ਕਿੱਥੇ ਜਾ ਰਿਹਾ ਵੇਖੋ, ਜਿੱਥੇ ਜਾ ਸਕਦੇ ਹਾਂ ਉੱਥੇ ਆਪ ਆਪਣੇ ਬੱਚਿਆਂ ਨੂੰ ਲੈ ਕੇ ਜਾਓ। ਥੈਂਕ ਯੂ ਮੈਮ। ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਕਿ ਡੀਸੀਪੀ ਟ੍ਰੈਫਿਕ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਟ੍ਰੈਫਿਕ ਦੇ ਜੋ ਰੂਲ ਹੈ ਉਸਨੂੰ ਉਸਦੇ ਰੂਲ ਕਿਹੜੇ ਫੋਲੋ ਕੀਤੇ ਜਾਣ, ਜੋ ਟ੍ਰਿਪਲ ਰੈਟਿੰਗ ਹੈ ਅਤੇ ਜਾਂ ਬੁਲਟ ਅਤੇ ਪਟਾਕੇ ਕਿਹੜੇ ਲੋਕ ਮਾਰਦੇ ਨੇ, ਹੁਣ ਉਹ ਸਾਵਧਾਨ ਹੋ ਜਾਣ, ਨਹੀਂ ਤਾਂ ਉਹਨਾਂ ਦੇ ਉੱਤੇ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ। ਕੈਮਰਾਮੈਨ ਅਜੇ ਦੇ ਨਾਲ ਸੋਨੂੰ ਮਹਾਜਨ, ਜਗਬਾਣੀ ਟੀਵੀ।